ਬਠਿੰਡਾ 'ਚ ਮਾਲਵਾ ਹੈਰੀਟੇਜ ਸੱਭਿਆਚਾਰ ਫਾਊਂਡੇਸ਼ਨ ਵੱਲੋਂ 14ਵਾਂ ਵਿਰਾਸਤੀ ਮੇਲਾ ਲਗਾਇਆ ਗਿਆ। ਇਸ ਮੇਲੇ ਦਾ ਬਠਿੰਡਾ ਸ਼ਹਿਰ ਵਾਸੀਆਂ ਨੇ ਖੂਬ ਆਨੰਦ ਮਾਣਿਆ। ਇਸ ਮੇਲੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਇਸ ਮੇਲੇ ਵਿੱਚ ਪੁਰਾਣਾ ਪੰਜਾਬ ਦੇਖਣ ਨੂੰ ਮਿਲਿਆ ਅਤੇ ਇਸ ਮੌਕੇ ਹਰਿਆਣਾ ਤੋਂ ਆਏ ਕਲਾਕਾਰਾਂ ਦੁਆਰਾ ਵੀ ਆਪਣਾ ਰੰਗ ਮੰਚ ਪੇਸ਼ ਕੀਤਾ ਗਿਆ। ਇਹ ਮੇਲੇ ਲਗਾਤਾਰ ਹੋਣੇ ਚਾਹੀਦੇ ਆ, ਮੈਂ ਤਾਂ ਕਹਿੰਦਾ ਪਿੰਡ ਪਿੰਡ ਹੋਣੇ ਚਾਹੀਦੇ ਆ। ਹਰ ਪਿੰਡ ਦੇ ਵਿੱਚ ਮੇਲਾ ਹੋਣਾ ਚਾਹੀਦਾ ਸਾਲ ਦੇ ਸਾਲ, ਉੱਥੋਂ ਦੇ ਨੌਜਵਾਨਾਂ ਨੂੰ, ਕੁੜੀਆਂ ਨੂੰ, ਬੁੜੀਆਂ ਨੂੰ ਵੀ, ਜਿਹੜੀਆਂ ਪੁਰਾਣੀਆਂ ਉਹਨਾਂ ਨੂੰ ਵੀ ਪਾਰਟੀਸਪੇਟ ਕਰਨ ਲਈ ਹੌਸਲਾ ਅਫਜਾਈ ਕਰਨੀ ਚਾਹੀਦੀ। ਉਹ ਸਾਇੰਸ ਯੁੱਗ ਨੇ ਖਤਮ ਕਰ ਦਿੱਤੀ ਹੈ, ਜਿਵੇਂ ਰਿੜਕਣੀ ਸੀ, ਮਧਾਣੀ ਸੀ, ਹਾਰੇ ਸੀ ਸਾਡੇ, ਜਾਂ ਸਾਡੇ ਚੁੱਲ੍ਹੇ ਸੀਗੇ, ਉਹ ਸਾਰਾ ਪੁਰਾਣੇ ਵੇਲਿਆਂ ਦੇ ਵਿੱਚ ਉੱਠਾਂ ਦੇ ਹਲ ਸੀ, ਬਲਦਾਂ ਦੇ ਹਲ ਸੀ, ਖੇਤਾਂ ਦੇ ਵਿੱਚ ਫਲਿਆਂ ਨਾਲ ਕਣਕ ਕੱਢੀ ਜਾਂਦੀ ਸੀਗੀ। ਉਹ ਵੇਲਾ ਸਾਰਾ ਬਦਲ ਗਿਆ ਹੈਗਾ। ਖੇਤਾਂ ਦੇ ਵਿੱਚ ਸਵੇਰੇ ਉੱਠੀਆਂ ਮੇਰੀਆਂ, ਸਾਡੀ ਬੇਬੇ ਵੀ ਲਿਆਉਂਦੀ, ਖੂਹ ਤੋਂ ਪਾਣੀ ਭਰਦੀ ਹੁੰਦੀ ਸੀ ਘੜੇ ਨਾਲ, ਉਹ ਖਤਮ ਹੋ ਗਿਆ। ਹੁਣ ਤਾਂ ਟੂਟੀ ਤੋਂ ਪਾਣੀ ਭਰਨਾ ਵੀ ਇਹਨਾਂ ਨੂੰ ਲੱਗਦਾ ਵੀ ਜਿਵੇਂ ਬੋਝ ਆ ਔਰਤਾਂ ਨੂੰ, ਲੇਡੀ। ਉਹ ਤਾਂ ਹੁਣ ਵੀ ਜੀ ਕਰਦਾ ਵੀ ਉਦੋਂ ਵਰਗਾ ਵੇਲਾ ਆ ਜੇ, ਘੱਟ ਚੱਲੀਏ, ਸੜਕਾਂ 'ਤੇ ਨਾ ਆਉਣਾ ਪਵੇ ਇੰਨਾ, ਸਾਨੂੰ ਇੰਨੀ ਦੂੜ ਦੜੱਕੇ ਵਾਲੀ ਤੇਜ਼ ਰਫਤਾਰ ਦੀਆਂ ਗੱਡੀਆਂ ਤੋਂ ਸਾਡੀ ਬੱਚਤ ਹੋ ਜਾਵੇ। ਮੈਂ ਗੁਰੇਜ਼ ਕਰਦਾ ਇਹਨਾਂ ਚੀਜ਼ਾਂ ਤੋਂ ਅੱਜ ਵੀ ਕਿ ਜੇ ਉੱਦਾਂ ਦੀ ਕਣਕ ਮਿਲ ਜਾਵੇ ਖਾਣ ਨੂੰ, ਉਹਨਾਂ ਵੇਲਿਆਂ 'ਚ 7 ਕੁ ਮਣ ਕਣਕ ਹੁੰਦੀ ਹੁੰਦੀ ਸੀ ਕਿੱਲੇ 'ਚੋਂ, 7 ਕੁ ਮਣ ਨਰਮਾ ਹੁੰਦਾ ਹੁੰਦਾ ਸੀ, ਪਰ ਉਹ ਕਣਕ ਪਿਓਰ ਹੁੰਦੀ ਸੀ।